किसी खुश है तो मेरे प्याज कि गवाना है। हाँ जी ठीक है। अभी गुरप्रीत घुग्गी भाजी साड़ी इंडस्ट्री के वह बंदे ने जिन्होंने बहुत सोहनिया फिल्मा दिखा और उन्होंने सीखने भी बहुत मिलता और तुहाडा प्यार भी बहुत जी। भाजी कई बार ना साड़ी इमेज इदा भी बन जाती है जिदा मनमोहन वारिस से कमलहीर जी लोगों लगता कि तीन भरा बहुत प्यार करते प्यार होगा भी पर एक इमेज बन जाती है ना वो इमेज बनाने की नकली बन भी होंगे जिदा एग्जाम्पल प्यार है नहीं पर हम इमेज बन गई गिप्पी और घुग्गी का प्यार बहुत है साढ़े तो प्यार बहुत है हम तू घटाने करता मैं तो कहना मैं उन्होंने भी कुछ रिकॉर्ड तो नहीं करी करता नहीं नहीं मैं रिकॉर्ड नहीं किया एक्चुअली मैं तुम दसना चाहना पहली गरी कि मैं कॉलेज में ना घुग्गी भाजी से सीखे तो मैं बहुत प्यार करता उन्होंने और मैंने छोटी जी गल साड़ी मिली है हाँ मैं उन्होंने कॉल की सुना चला आज गुरप्रीत घुग्गी भाजी हाँ जी मेरी आवाज आ रही है बिल्कुल बहुत जोर की आ रही थी पाजी मैं वेट कर रहा हूं आज 7 बजे गिप्पी पाजी आ रहे हैं तुसी आ रहे हो ना किथे पाजी चंडीगढ़ मिर्ची ऑफिस पक पक दीपक बोल रहे हो जी इधर चंडीगढ़ का बात है कि जलंधर से यार मैं पाजी जलंधर भी सी चंडीगढ़ भी अमृतसर भी मैं रेडियो की हर तरफ हूं ये सर्व व्यापक किदा हो गया कोई पूजा पाठ कराया कोई ये किदा मतलब बस पाजी सारा दिन ताडा नाम जपदा तरक्की तो मिलनी है ये तेरी तनखा तरफ बंद कर देनी मेरा नाम जपदा और घर परिवार ठीक है फैमिली सब बहुत वधिया पाजी तुसी आ रहे हो ना किथे राजे चंडीगढ़ आज गिप्पी पाजी आ रही है कैरी ऑन जट्टा 3 नहीं तो गिप्पी पाजी तो उधर नहीं गए हो ऑस्ट्रेलिया नहीं नहीं आज चंडीगढ़ आ रहे हो अच्छा अच्छा तो मैं वीडियो देखे जहाजां दी जंजी उठे लै रहे भरावा तुसी नहीं आ रहे साडी जिथे लोड हुंदी भरावा तेरा जिथे नहीं सरदा ना उत्थे सानू दसदे आ ओहो तां जदों हुण चार्टर प्लेन करके जाणा है या कोई फिर कदी तू आएगा मेरे को फिर आप करांगे गल्लां है ना फोन ते फिर इदां पता कि ठीक नहीं लगता है ना रिकॉर्डिंग रिकॉर्डिंगां दा बड़ा चक्कर हुंदा बाकी ਇਹ ਸਾਰੇ ਦੇਖਣ ਨੂੰ ਗੱਲਾਂ ਠੀਕ ਨੇ ਦੀਪਕ ਤੂੰ ਤਾਂ ਇਸ ਲਾਈਨ ਚ ਇੰਨੇ ਸਾਲਾਂ ਦਾ ਤੇਰੇ ਕਿਹੜੇ ਤਜਰਬੇ ਨਹੀਂ ਇਦਾਂ ਦੇ ਹੋਣੇ ਜੀ 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 ਇਹ ਦੇਖਣ ਨੂੰ ਕਹਿੰਦੇ ਨਾ ਹਾਥੀ ਕੇ ਦਾਂਤ ਖਾਣੇਗੇ ਔਰ ਦਿਖਾਣੇਗੇ ਔਰ ਲੋਕਾਂ ਨੂੰ ਲੱਗਦਾ ਕਿ ਪਤਾ ਨੀ ਪਰ ਦੁਨੀਆ ਦੀਪਕ ਕਮਰਸ਼ੀਅਲ ਹੋ ਗਈ ਸਾਰੀ ਯਾਰ ਜੀ ਜੀ ਉਹ ਪਹਿਲਾਂ ਵਾਲੀਆਂ ਅਸੀਂ ਭਾਲਦੇ ਹਾਂ ਪਹਿਲਾਂ ਵਾਲੀ ਜਿੱਦਾਂ ਆਪਾਂ ਇਕੱਠੇ ਹੁੰਦੇ ਸੀ ਤੂੰ ਕਾਲਜ ਹੈ ਨਾ ਸਾਰਾ ਉਹ ਸਾਡੀ ਲਾਈਫ ਹੋਰ ਸੀਗੀ ਜੀ ਭਾਜੀ ਆਪਾਂ ਇੱਕ ਦੂਜੇ ਲਈ ਮਰਦੇ ਖੱਪਦੇ ਹੁੰਦੇ ਸੀ ਸੈਲਫਲੈਸ ਹੁੰਦਾ ਸੀ ਸਾਰਾ ਕੁਝ ਬਿਲਕੁਲ ਭਾਜੀ ਔਰ ਅਨਕੰਡੀਸ਼ਨਲ ਹੁੰਦਾ ਸੀ ਮੈਨੂੰ ਨਾ ਆਪ ਬੜਾ ਔਡ ਲੱਗਾ ਜਦੋਂ ਮੈਂ ਨਾ ਕਿਹਾ ਮੈਂ ਕਿਹਾ ਭਾਜੀ ਕੌਣ ਕੌਣ ਆ ਰਿਹਾ ਕਹਿੰਦੇ ਮੈਂ ਤੇ ਸੋਨਮ ਇਕੱਲੇ ਹੀ ਸਿਰਫ ਅਦੇ ਹੁਣ ਬਾਕੀਆਂ ਨੂੰ ਨਹੀਂ ਗੱਲ ਕਰਨੀ ਆਉਂਦੀ ਹੋਣੀ ਫਿਰ ਨਾ ਮੈਨੂੰ ਆਉਂਦੀ ਹੋਣੀ ਨਾ ਭੱਲਾ ਸਾਹਿਬ ਨੂੰ ਨਾ ਬੀਨੂ ਹੋਣਾ ਨੂੰ ਹਨਾ ਤੇ ਬਾਕੀ ਹੋਰ ਵੀ ਜਿਹੜੇ ਆਰਟਿਸਟ ਹੈਗੇ ਨੇ ਨਹੀਂ ਕਿਸੇ ਨੂੰ ਗੱਲ ਕਰਨੀ ਆਉਂਦੀ ਹੋਣੀ ਪਤਾ ਕੀ ਹੁੰਦਾ ਸਾਰਾ ਕੁਛ ਕਰ ਕਰਾ ਕੇ ਨਾ ਦੀਪਕ ਐਂਡ ਤੇ ਕ੍ਰੈਡਿਟ ਲੈਣਾ ਹੁੰਦਾ ਆਪਾਂ ਹੀ ਕੀਤਾ ਸਾਰਾ ਕੁਛ ਜੋ ਕੀਤਾ ਹਨਾ ਵੀ ਬਾਕੀ ਲੇਬਰ ਹੈ ਮਿਸਤਰੀ ਆਪਾਂ ਹੀ ਆ ਜਾਂ ਕੰਟਰੈਕਟਰ ਠੇਕੇਦਾਰ ਆਪਾਂ ਹੀ ਆ ਬਾਕੀ ਲੇਬਰ ਤੇ ਕੰਮ ਕਰਾਇਆ ਆਪਾਂ ਸਾਰਾ ਭਾਜੀ ਜੇ ਤੁਸੀਂ ਕਹੋ ਤਾਂ ਉਹ ਆਣ ਤਾਂ ਮੈਂ ਗੱਲ ਕਰਾਵਾਂ ਤੁਹਾਡੀ ਨਾਲ ਨਾ 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 ਅਸੀਂ ਕੋਈ ਇਦਾਂ ਬੈਕ ਕਰਨਾ ਯਾਰ ਦਾ ਆਦੋ ਵੀ ਆਪਾਂ ਕੀ ਕਵਾਂਗੇ ਕਹਿਣ ਵਾਲੀਆਂ ਗੱਲਾਂ ਤਾਂ ਬਹੁਤ ਆ ਦੇਖੋ ਜੀ ਜੀ ਆਪਾਂ ਤਾਂ ਮਿਲੇ ਨਹੀਂ ਬੜੀ ਦੇਰ ਤੋਂ ਹਨਾ ਤੇ ਤੈਨੂੰ ਸ਼ਾਇਦ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਹੋਣਾ ਅੱਛਾ ਜੀ ਤੇ ਕਹਿੰਦੇ ਉਹ ਪੰਜਾਬੀ ਚ ਕਹਾਵਤ ਹੈ ਧੱਕੀ ਰਿੱਝੇ ਕੋਈ ਨਾ ਬੁੱਝੇ ਕਿਉਂਕਿ ਨਾ ਮੈਂ ਇੱਕ ਟੀਵੀ ਸ਼ੋਅ ਵੀ ਦੇਖਿਆ ਸੀਗਾ ਉਹ ਕਹਿੰਦੇ ਕਿ ਮੇਰੇ ਬੈਸਟ ਫਰੈਂਡ ਹੈ ਮੈਂ ਬਹੁਤ ਕੁਝ ਸਿੱਖਿਆ ਹੈ ਉਹਨਾਂ ਤੋਂ ਬੈਸਟ ਫਰੈਂਡ ਹਾਂ ਠੀਕ ਹੈ ਉਹ ਕਲਿੱਪ ਉਹਦੇ ਨਾਲ ਕਲਿੱਪ ਚੱਲ ਜਾਂਦਾ ਨਾ ਕਲਿੱਪ ਹਿੱਟ ਹੋ ਜਾਂਦਾ ਓਏ ਹੋਏ 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 ਕੋਈ ਸਵਾਲ ਜੇ ਇੰਟਰਵਿਊ ਚ ਹੀ ਸਵਾਲ ਪੁੱਛਣਾ ਬਹਾਨੇ ਦੇ ਨਾਲ ਉਹਨਾਂ ਕੋ ਕੀ ਪੁੱਛਾਂ ਮੈਂ ਇਹੀ ਪਹਿਲੀ ਗੱਲ ਤਾਂ ਇਹੀ ਪੁੱਛਿਓ ਵੀ ਬਾਕੀ ਬੰਦੇ ਕੀ ਬਿਮਾਰ ਨੇ ਪੂਰੇ ਹੋ ਗਏ ਕੀ ਦਿੱਕਤ ਹੈ ਭਾਜੀ ਇਦਾਂ ਤਾਂ ਬੋਲੋ ਨਹੀਂ ਨਹੀਂ ਫਿਰ ਪੁੱਛੋਗੇ ਤਾਂ ਫਿਰ ਆਨਸਰ ਮਿਲੇਗਾ ਨਾ ਕੀ ਦਿੱਕਤ ਹੈ ਜੀ 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 ਅਗਲਾ ਬੰਦਾ ਕੋਈ ਤਾਂ ਦੱਸੇਗਾ ਨਾ ਝੂਠ ਸੱਚ ਵੀ ਉਹਨੇ ਮਨਾ ਕੀਤਾ ਜੀ ਜਾਂ ਕਿਤਾ ਹਨਾ ਪੱਕਾ ਭਾਜੀ ਮੈਂ ਨਾ ਇਹ ਸਵਾਲ ਸਭ ਤੋਂ ਪਹਿਲੇ ਪੁੱਛੂੰਗਾ ਔਰ ਫਿਰ ਮੈਂ ਤੁਹਾਨੂੰ ਦੱਸੂੰਗਾ ਉਹ ਕੀ ਕਹਿ ਰਹੇ ਨੇ ਹਾਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਭਾਜੀ ਪਿਆਰੀ ਬੰਨਾ ਜੀ ਠੀਕ ਹੈ ਜੀ ਠੀਕ ਹੈ ਦੀਪਕ ਗੋਡ ਬਲੈਸ ਯੂ ਥੈਂਕ ਯੂ ਭਾਜੀ ਓਕੇ ਓਕੇ
ਮੇਰੇ ਗੁਰੂ ਐਵੇਂ ਮੇਰਾ ਤਾਂ ਮੰਨ ਗਿਆ ਭਾਈ ਗੱਲ ਕਰੋ ਇੱਕ ਦੂਜੀ ਅਗਲੇ ਮੂਵੀ ਚ ਤਾਂ ਵਾ ਆਉਂਦਿਆਂ ਨੇ ਦੇਖ ਕੇ ਕਹਿਣਾ ਵਾ ਵੀ ਭਾਈ ਪਤਾ ਨੀ ਕੀ ਹੋ ਗਿਆ ਮੈਂ ਤੇਰੇ ਮੋਰ ਬਹੁਤ ਦੇ ਸੱਚੀ ਮੀਨ ਮੈਂ ਮੈਂ ਮੁਫਤ ਮੈਂ ਰੋਇਆ ਭਾਈ ਚੱਲ ਸੁਣਾ ਦੇ ਮੈਨੂੰ ਸੱਚੀ ਇਹਦਾ ਤਾਂ ਦੂਜੀ ਵੀ ਹੋਣੀ ਆ ਰਿਕਾਰਡ ਸੱਚੀ ਨਹੀਂ ਉਹ ਤਾਂ ਹੀ ਸੋ ਅਗਲਾ ਆਹ ਦੇਖੋ ਕਿੱਦਾਂ ਬਦਲ ਨਹੀਂ ਇਹ ਤਾਂ ਦੂਜੀ ਵੀ ਹੋਣੀ ਆ ਰਿਕਾਰਡ ਨਹੀਂ ਮੂਵੀ ਨਹੀਂ ਕਾਦੇ ਯਾਰ ਮੈਨੂੰ ਲੋੜਾ ਲੱਗੀ ਹੁਣ ਸੋ ਹੰਝੂ ਕੱਢੋ ਮੈਂ ਸਿਰਫ ਇਹ ਕੱਢ ਹੰਝੂ ਕੱਢ ਇਹ ਤੇ ਤੇਰੇ ਤੇ ਕਿਸੇ ਦਾ ਯਕੀਨ ਨਹੀਂ ਹੈ 0% ਯਕੀਨ ਹੈ ਤੇਰਾ 0% ਦੀਪਕ ਵਾਲੇ ਸ਼ੋ ਤੇ ਕਦੇ ਨਾ ਔਰ ਹੁਣ ਮੈਂ ਤੈਨੂੰ ਦੱਸਾਂ ਉਹਨਾਂ ਨੇ ਮੈਨੂੰ ਬਾਅਦ ਵਿੱਚ ਇਸ ਚੀਜ਼ ਦਾ ਆਸਾਨ 25 ਵਾਰੀ ਸੁਣਾਉਣਾ ਵਾ ਵੀ ਤੇਰੇ ਚੱਕਰ ਦੇ ਵਿੱਚ ਮੈਨੂੰ ਦੀਪਕ ਨਾਲ 1.5 ਮਿੰਟ ਦੀ ਕਲਿੱਪ ਰਿਕਾਰਡ ਕਰਨੀ ਪੈ ਗਈ ਆਡੀਓ ਭਾਜੀ ਉਹ ਪਤਾ ਕਿੰਨਾ ਮੈਨੂੰ ਘੰਟਾ ਘੰਟਾ ਗੱਲ ਕਰਨ ਫਿਰ ਸੁਣ ਰਿਹਾ ਸੀ ਵਿੱਚ ਜਿਹੜਾ ਕਹਿੰਦੇ ਕਿ ਅੱਜ ਇੰਨੇ ਸਾਲਾਂ ਬਾਅਦ ਆਪਾਂ ਗੱਲ ਕਰ ਰਹੇ ਇੰਨੇ ਸਾਲਾਂ ਪਹਿਲਾਂ ਕਰਦੇ ਸੀ ਨਾ ਹੁਣ ਫੇਰ ਕਰੂੰਗੇ ਯਾਰ ਅੱਛਾ ਮੈਂ ਤਾਂ ਬਾਅਦ ਕੀ ਦੱਸਾਂ ਕਈ ਚੀਜ਼ਾਂ ਤਾਂ ਮੈਂ ਅੱਜ ਵੀ ਕਰ ਨਹੀਂ ਉਹ ਵੀ ਸੁਣਾ ਦੇ ਮੈਨੂੰ ਹੈਗਾ ਕਿ ਪਬਲਿਕ ਕੀ ਸੁਣ ਚੱਲ ਉਹ ਸੁਣਾ ਐਡਿਟ ਵਾਲੀ ਆ ਚਲੋ ਉਹ ਫੇਰ ਸੁਣਾ ਦਾਂ ਇਹਨੇ ਸੁਣਾ ਮੜੀ ਨਹੀਂ ਹਾਂ ਭਾਜੀ ਮੈਂ ਐਡਿਟ ਚੰਗਾ ਲੱਗਦਾ ਚਲੋ ਫੇਰ ਸੁਣਾ ਦੋ ਵੀ ਜਿੱਪੀ ਜੀ ਤੁਹਾਨੂੰ ਪਤਾ ਹੈ ਬੰਦਾ ਬਹੁਤ ਸ਼ੈਤਾਨ ਹੈ ਬਹੁਤ ਵੱਡਾ ਸ਼ੈਤਾਨ ਕੋਈ ਜੰਮਿਆ ਨਹੀਂ ਸੀ ਭਾਜੀ ਧਰਤੀ ਇਹ ਭਾਜੀ ਮੈਂ ਨਾ ਕਈ ਵਾਰੀ ਸੋਚਦਾ ਹੁੰਦਾ ਕਿ ਕਾਸ਼ ਅਸੀਂ ਪੁਰਾਣੇ ਟਾਈਮ ਚ ਹੋ ਜਾਂਦੇ ਸੀ ਨਾਰਦ ਮੁਨੀ ਦੇਖਿਆ ਹੁੰਦਾ ਹਨਾ ਪਰ ਨਾਰਦ ਮੁਨੀ ਨਵਾਂ ਅਵਤਾਰ ਲੈ ਕੇ ਦੀਪਕ ਦੇ ਰੂਪ ਚ ਆ ਚੁੱਕਾ ਇਹਦਾ ਕੰਮ ਹੈ ਸਿਰ ਪੜਵਾਣੇ ਭਾਜੀ ਚੇਲਾ ਤਾਂ ਤੁਹਾਡਾ ਹੀ ਆ ਤੁਹਾਡੇ ਤੋਂ ਹੀ ਸਿੱਖਿਆ ਮੈਂ ਬਹੁਤ ਸ਼ੈਤਾਨ ਹੈ ਯਾਰ ਤੂੰ ਗਿੱਪੀ ਜੀ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਸਾਰੇ ਲਿਸਨਰਸ ਨੂੰ ਦੱਸਦਿਆਂ ਕਿ ਗਿੱਪੀ ਜੀ ਔਰ ਸੋਨਮ ਜੀ ਬੜੀ ਅਣਥੱਕ ਮਿਹਨਤ ਕਰ ਰਹੇ ਨੇ ਚੱਕਰ ਇਹ ਹੈ ਕਿ ਸਾਰੇ ਇੰਨਾ ਫਸੇ ਹੋਣ ਕਰਕੇ ਨਾ ਸ਼ੂਟਿੰਗ ਹੁਣ ਚੱਲ ਰਹੀਆਂ ਕਿਸੇ ਦੀ ਇੰਗਲੈਂਡ ਹੈ ਕਿਸੇ ਦੀ ਕਿਤੇ ਹੈ ਮੈਂ ਵੀ ਹੁਣ ਇੱਥੇ ਇੱਕ ਸ਼ੂਟ ਕਰ ਰਿਹਾ ਸੀ ਇੱਥੇ ਆਪਣਾ ਜੀ ਸ਼ੰਭੂ ਸਰਾਏ ਕੀ ਜਿਹੜੀ ਇੱਥੇ ਵਰਨਾ ਗਿੱਪੀ ਜੀ ਸਾਨੂੰ ਹਰ ਵਾਰ ਕਹਿੰਦੇ ਆ ਇਹਨਾਂ ਨੇ ਅਸਲ 'ਚ ਚਾਰਟਰ ਕੀਤਾ ਸੀ ਸਾਡੇ ਵਾਸਤੇ ਵੀ ਅਸੀਂ ਤੁਸੀਂ ਸਾਡਾ ਇੱਕ ਕਲਿੱਪ ਦੇਖਿਆ ਹੋਣਾ ਇਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਆਪਾਂ ਲੰਡਨ ਬੈਠਿਆਂ ਨੇ ਲੰਡਨ ਬ੍ਰਿਜ ਦੇ ਥੱਲੇ ਸ਼ੂਟ ਕਰਦੇ ਸੀ ਕਿ ਆਪਾਂ ਐਸੀ ਚਾਰਟਰ ਕਰਕੇ ਚੱਲਾਂਗੇ ਪ੍ਰਮੋਸ਼ਨ ਜੀ ਜੀ ਇਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਸਾਡਾ ਹੀ ਟਾਈਮਿੰਗ ਕੁਛ ਸੂਟ ਨਹੀਂ ਕੀਤਾ ਤੇ ਇਹ ਤਾਂ ਛੋਟੇ ਭਾਈ ਹੈ ਇਹਨਾਂ ਇਹ ਤਾਂ ਬਹੁਤ ਦੀਪਕ ਤੁਹਾਡੇ ਵਾਂਗੂ ਬਹੁਤ ਜ਼ਿਆਦਾ ਇੱਜ਼ਤ ਮਾਨ ਨਾਲ ਚੱਲਦੇ ਆ ਤੇ ਜਿੱਥੇ ਜਿੱਥੇ ਟਾਈਮ ਲੱਗ ਰਿਹਾ ਆਪਾਂ ਕਰ ਵੀ ਰਹੇ ਹਾਂ ਪ੍ਰਮੋਸ਼ਨ ਪਰ ਇਹ ਕਿਉਂਕਿ ਜਿਹੜੀ ਗਰਾਊਂਡ ਪ੍ਰਮੋਸ਼ਨ ਹੈ ਇਹਨਾਂ ਨੇ ਤੇ ਸੋਨਮ ਜੀ ਨੇ ਕੁਛ ਡੇਟਸ ਪਹਿਲਾਂ ਹੀ ਲੌਕ ਕਰਕੇ ਰੱਖੀਆਂ ਹੋਈਆਂ ਸੀ ਤੇ ਕਰ ਰਹੇ ਨੇ ਤੇ ਜਿੱਥੇ ਅਸੀਂ ਇਕੱਠੇ ਜਾ ਸਕਦੇ ਉੱਥੇ ਇਕੱਠੇ ਜਾ ਵੀ ਰਹੇ ਹਾਂ ਆ ਜਿਹੜੀ ਪਹਿਲੀ ਤੁਸੀਂ ਸਾਡੀ ਗੱਲਬਾਤ ਸੁਣੀ ਆ ਦਰਸ਼ਕੋ ਜਾਂ ਲਿਸਨਰ ਦੇ ਦੀਪਕ ਸ਼ੈਤਾਨੀ ਹੈ ਇਹ ਸਕ੍ਰਿਪਟ ਦਿੰਦਾ ਦੇਖੋ ਸਾਡੇ ਨੂੰ ਪਹਿਲਾਂ ਬਈ ਆਹ ਬੋਲ ਰਿਹਾ ਭਾਜੀ ਲਵ ਯੂ ਸਾਰੇ ਜਾਣੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਗਿੱਪੀ ਜੀ ਸੋਨਮ ਜੀ ਆਲ ਦਾ ਵੈਰੀ ਬੈਸਟ ਕੀਪ ਡੂਇੰਗ ਦਿਸ ਹਾਰਡ ਜੌਬ ਜੀ ਮੈਨੂੰ ਪਤਾ ਬਹੁਤ ਹਾਰਡ ਹੈ ਇੰਨਾ ਘੁੰਮਣਾ ਫਿਰਨਾ ਔਰ ਪਰ ਕੈਰੀ ਔਨ ਜੱਟਾ 3 ਸਾਡੇ ਲਈ ਐਸੀ ਪ੍ਰੋਪਰਟੀ ਹੈ ਕਿ ਇਹਦੇ ਲਈ ਜਿੰਨੀ ਮਿਹਨਤ ਕਰ ਲਈ ਜਾਵੇ ਓਨੀ ਘੱਟ ਹੈ ਕਿਉਂਕਿ ਓਨੀ ਹੀ ਜ਼ਿਆਦਾ ਸਕਸੈਸ ਸਾਨੂੰ ਫਿਰ ਮਿਲਦੀ ਹੈ ਸੋ ਆਲ ਦਾ ਵੈਰੀ ਬੈਸਟ ਸਾਰੇ ਜ਼ਰੂਰ ਦੇਖਿਓ ਜੀ ਕੈਰੀ ਔਨ ਜੱਟਾ 3 ਉਸ ਤੋਂ ਬਾਅਦ 4-5 ਸਾਲ ਬਾਅਦ ਫਿਰ ਬਣਨੀ ਹੈ 4 ਤੇ ਤੁਸੀਂ 4 ਸਾਲ ਇਹੀ ਫਿਲਮ ਦੇਖਣੀ ਹੈ ਕੈਰੀ ਔਨ ਜੱਟਾ ਕੀਪ ਰੌਕਿੰਗ ਦੀਪਕ ਥੈਂਕ ਯੂ ਸੋ ਮਚ ਜੀ ਸੋਨਮ ਜੀ ਆਲ ਦਾ ਬੈਸਟ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਓਕੇ ਸੀ ਯੂ ਗੁਗੀ ਜੀ